ਅੰਮ੍ਰਿਤਸਰ ਵਿੱਚ ਇੱਕ ਕੰਪਨੀ ਦੁਆਰਾ ਲੋਕਾਂ ਨੂੰ 1000 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਇਸ ਮਾਮਲੇ ਦੇ ਬਾਅਦ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਸਿੰਘ ਸੈਣੀ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਸੈਕੜੇ ਦੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਨਾਲ ਕਿਸ ਤਰ੍ਹਾਂ ਕੰਪਨੀ ਦੁਆਰਾ ਠੱਗੀ ਕੀਤੀ ਗਈ ਅਤੇ ਠੱਗੀ ਤੋਂ ਬਾਅਦ 1000 ਕਰੋੜ ਰੁਪਏ ਲੈ ਕੇ ਫਰਾਰ ਹੋ ਗਏ ਹਨ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਦੀਪ ਸੈਣੀ ਨੇ ਦੱਸਿਆ ਕਿ ਅੱਜ ਉਹਨਾਂ ਕੋਲ 2000 ਦੇ ਕਰੀਬ ਲੋਕਾਂ ਦੁਆਰਾ ਕੇਸ ਦਰਜ ਕਰਵਾਏ ਗਏ ਹਨ, ਜਿਸ ਵਿੱਚ ਇੱਕ ਕੰਪਨੀ ਦੇ ਨਾਮ 'ਤੇ 1000 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਸਾਹਮਣੇ, ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮੇਨ ਪਰਪਸ ਜਿਹੜਾ ਹੈ ਉਹ ਇਹ ਹੈਗਾ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਫਰਜ਼ੀ ਤੌਰ ਦੇ ਉੱਤੇ ਲੇਕਿਨ ਉਹਨੂੰ ਕਾਨੂੰਨੀ ਸ਼ੇਪ ਦੇ ਕੇ ਇੱਕ ਕੰਪਨੀ ਰਨ ਕੀਤੀ ਜਾ ਰਹੀ ਸੀ ਕਿਮ ਇਨਫਰਾਸਟਰਕਚਰ। ਇਹਨੇ ਹਜ਼ਾਰਾਂ ਦੀ ਤਾਦਾਦ ਦੇ ਲੋਕਾਂ ਕੋਲੋਂ ਪੈਸੇ ਲਿੱਤੇ, ਉਹਨਾਂ ਨੂੰ ਉਹਨਾਂ ਦੇ ਬਦਲੇ 'ਚ ਉਹਨਾਂ ਨੇ ਇਹ ਚਿੱਠੀਆਂ ਇਸ਼ੂ ਕਰ ਦਿੱਤੀਆਂ। ਹਾਂਜੀ, ਅਤੇ ਉਹਨਾਂ ਨੂੰ ਕਿਹਾ ਜੀ ਕਿ ਤੁਹਾਡਾ ਇੰਨੇ ਪੀਰੀਅਡ ਦੇ ਵਿੱਚ ਤੁਹਾਨੂੰ ਡਬਲ ਪੈਸੇ ਦਿੱਤੇ ਜਾਣਗੇ। ਇਹ ਮਿਸਟਰ ਹੰਸ ਬੈਠੇ ਨੇ ਇੱਥੇ, ਇਹਨਾਂ ਨੇ ਪ੍ਰੈਸ ਨੂੰ ਅਪਰੇਜ਼ ਵੀ ਕੀਤਾ ਕਿ ਇਹਨਾਂ ਨੇ ਕਿਸੇ ਨੂੰ 5 ਸਾਲ ਬਾਅਦ, ਕਿਸੇ ਨੂੰ 6 ਸਾਲ ਬਾਅਦ, ਅੱਜ ਰਿਜ਼ਲਟੈਂਟ ਇਫੈਕਟ ਇਹ ਹੋ ਗਿਆ ਕਿ 14 ਸਾਲ ਹੋ ਗਏ ਆ। ਲੋਕਾਂ ਨੇ, ਗਰੀਬ ਜਨਤਾ ਜਿਹੜੀ ਆਈ, ਕਿਸੇ ਨੇ 5 ਲੱਖ, ਕਿਸੇ ਨੇ 2 ਲੱਖ, ਕਿਸੇ ਨੇ 3 ਲੱਖ ਪੈਸੇ ਇਹਨੇ ਕੰਪਨੀ 'ਚ ਜਮ੍ਹਾਂ ਕਰਾਏ ਨੇ। ਅੱਜ ਇਹ ਕੰਪਨੀ ਦੇ ਜਿਹੜੇ ਡਾਇਰੈਕਟਰ ਨੇ ਸਾਰੇ ਭੱਜ ਗਏ ਨੇ। 2-3 ਜਣੇ ਆ ਜਿਹੜੇ ਉਹਨਾਂ ਨੇ ਆਪਣੇ ਦੇ ਹੀ ਪਰਚਾ 3-3 ਲੱਖ ਰੁਪਏ ਦਾ ਕਰਾ ਕੇ ਰਾਏਪੁਰ ਬੈਠੇ ਆਰਾਮ ਨਾਲ, ਔਰ ਸਿਰਫ ਇੱਕ ਸਿਸਟਮ ਬਣਾ ਰਹੇ ਆ ਕਿ ਕਿਸ ਤਰ੍ਹਾਂ ਇੰਡੀਆ ਤੋਂ ਭੱਜਣ ਦਾ ਤਰੀਕਾ ਬਣਾਇਆ ਜਾਵੇ। ਸੋ ਇੱਥੇ ਮੇਰਾ ਖਿਆਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਨੀਅਰ ਅਬਾਊਟ 1000 ਕਰੋੜ ਦਾ ਸਕੈਮ ਇਹਨਾਂ ਨੇ ਕੀਤਾ। ਇਹਨਾਂ ਗਰੀਬਾਂ ਦੇ ਪੈਸੇ ਲੈ ਕੇ ਉਹਦੀਆਂ ਜ਼ਮੀਨਾਂ ਖਰੀਦੀਆਂ, ਉਹ ਵੀ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ, ਉਹ ਵੀ ਆਪਣੇ ਭਾਈ ਬੰਧੂਆਂ ਦੇ ਨਾਂ 'ਤੇ, ਤਾਂ ਕਿ ਕੱਲ੍ਹ ਨੂੰ ਜੇ ਇਹਨਾਂ ਦੇ ਉੱਤੇ ਰਿਕਵਰੀ ਦੀ ਆਏ ਤਾਂ ਇਹ ਕਹਿਣ ਜੀ ਸਾਡੇ ਕੋਲ ਤਾਂ ਕੁਛ ਆਇਆ ਹੀ ਨਹੀਂ। ਸੋ ਅਸੀਂ ਇਹਦੀ ਜਿਹੜੀ ਕੰਪਲੇਂਟ ਹੈ ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦੇ ਦਿੱਤੀ ਹੈ, ਔਰ ਉਹਨਾਂ ਨੇ ਇਨਕੁਆਇਰੀ ਮਾਰ ਕਰ ਦਿੱਤੀ ਹੈ, ਔਰ ਉਸ ਇਨਕੁਆਇਰੀ ਦੇ ਵਿੱਚ ਹੁਣ ਅਸੀਂ ਜਿਹੜਾ ਸਾਡਾ ਮੇਨ ਪਰਪਸ ਸੀ ਕਿ ਅਸੀਂ ਅੱਜ ਮੀਡੀਆ ਨੂੰ ਦੱਸੀਏ ਕਿ ਨੀਰਵ ਮੋਦੀ ਵਰਗੇ ਬੰਦੇ ਜਿਹੜੇ ਇੰਡੀਆ ਛੱਡ ਕੇ ਚਲੇ ਗਏ, ਉਹਦੇ ਤੋਂ ਵੱਡੇ ਬੰਦੇ ਅੰਮ੍ਰਿਤਸਰ 'ਚ ਵੀ ਬੈਠੇ ਨੇ ਜਿਹੜੇ ਕਿ ਗਰੀਬ ਜਨਤਾ ਨੂੰ ਲੁੱਟ ਕੇ ਉਹਨਾਂ ਦੇ ਪੈਸਿਆਂ ਦੇ ਐਸ਼ ਕਰਕੇ ਅੱਜ ਹਿੰਦੁਸਤਾਨ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ। ਨੈਕਸਟ ਵੀਕ ਬਹੁਤ ਜਲਦੀ ਅਸੀਂ ਇਹਨਾਂ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕਰਨ ਲੱਗੇ ਹਾਂ, ਤਾਂ ਕਿ ਇਹਨਾਂ ਦੀਆਂ ਸਾਰੀਆਂ ਪ੍ਰੋਪਰਟੀਆਂ ਅਟੈਚ ਹੋਣ, ਇਹ ਇੰਡੀਆ ਛੱਡ ਕੇ ਨਾ ਜਾ ਸਕਣ, ਅਤੇ ਇਸ ਗਰੀਬ ਜਨਤਾ ਦੇ ਪੈਸੇ ਆ ਜਿਹੜੇ ਇਹਨਾਂ ਦੀਆਂ ਪ੍ਰੋਪਰਟੀਆਂ ਵੇਚ ਕੇ ਇਹਨਾਂ ਦੇ ਪੈਸੇ ਵਾਪਸ ਲਵਾਏ। ਇਹ 2005 ਦਾ ਚੱਲ ਰਿਹਾ। ਕਦੋਂ ਦਾ ਪੈਸੇ ਕਦੋਂ ਕਦੇ ਬੰਦ ਕੀਤੇ ਇਹਨਾਂ ਨੇ ਦੇਣੇ? ਇਹ ਪਿਛਲੇ 2.5 ਸਾਲ ਤੋਂ, 2-2.5 ਸਾਲ ਬੈਸਟ ਪ੍ਰਾਈਸ ਦੇ ਬਿਲਕੁਲ ਸਾਹਮਣੇ, ਤੁਸੀਂ ਨਿਊ ਅੰਮ੍ਰਿਤਸਰ ਦੇ ਵਿੱਚ ਹੈਗਾ, ਲੇਕਿਨ ਬੈਸਟ ਪ੍ਰਾਈਸ ਦੇ ਸਾਹਮਣੇ ਤੁਸੀਂ ਜਾ ਕੇ ਵੇਖੋ। ਇਹਨਾਂ ਨੇ ਇੱਕ ਫਾਰਮ ਹਾਊਸ ਬਣਾਇਆ, ਔਰ ਉਹਦੇ ਇਰਦ ਗਿਰਦ ਜਿਹੜੀ 40 ਏਕੜ ਲੈਂਡ ਹੈ ਉਹ ਵੀ ਇਹਨਾਂ ਦੀ। ਸਮੇਂ ਤੇ 2005 ਤੋਂ ਠੱਗੀ ਮਾਰ ਰਹੇ ਜੀ ਲੋਕਾਂ ਨੂੰ, ਇਹ ਤਾਂ ਕੰਸਟੈਂਟ ਮਾਰ ਰਹੇ ਜੀ। ਇੱਕ ਤਾਂ ਐਕਟ ਹੁੰਦਾ ਨਾ ਜਿਹੜਾ ਇੱਕ ਪਰਟੀਕੁਲਰ ਪੀਰੀਅਡ 'ਤੇ ਖਤਮ ਹੋ ਜਾਂਦਾ, ਇਹ ਉਹ ਕ੍ਰਿਮੀਨਲ ਐਕਟ ਹੈ ਜਿਹੜਾ ਕੰਟੀਨਿਊਸਲੀ ਚੱਲ ਰਿਹਾ। ਠੀਕ ਹੈ, ਔਰ ਲੋਕਾਂ ਨੂੰ ਠੱਗੀਆਂ ਮਾਰ ਰਹੇ ਨੇ, ਉਹਨਾਂ ਦੇ ਪੈਸਿਆਂ ਦੇ ਆਪ ਐਸ਼ ਕਰ ਰਹੇ। ਜੇ ਆਪਾਂ ਇਸ ਕੰਪਨੀ ਦਾ ਜੇ ਇੰਡੀਆ ਲੈਵਲ ਦੇ ਉੱਤੇ ਅਗਰ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਚਲੇ ਜਾਏਗਾ, ਔਰ ਲੱਖਾਂ ਦੀ ਤਾਦਾਦ ਦੇ ਲੋਕਾਂ ਦੇ ਨਾਲ ਠੱਗੀ ਵੱਜੀ ਹੈ। ਔਰ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਲਾਲਚ, ਦੇਖੋ ਹਰ ਆਪਾਂ ਅਰਿਸਟੋਟਲ ਨੇ ਕਿਹਾ ਸੀ ਕਿ ਮੈਨ ਇਜ਼ ਏ ਸੋਸ਼ਲ ਐਨੀਮਲ, ਸੋ ਉਹਦਾ ਮਤਲਬ ਇਹ ਹੈ ਕਿ ਹਰ ਬੰਦੇ ਨੂੰ ਲਾਲਚ ਹੁੰਦਾ ਹੈ ਕਿ ਚੱਲ ਯਾਰ ਜੇ ਮੈਂ 5 ਲਾ ਤਾ ਮੇਰਾ 10 ਬਣ ਜੂਗਾ, ਲੇਕਿਨ ਇਹਨਾਂ ਲੋਕਾਂ ਨੇ ਉਹਨਾਂ ਦੀਆਂ ਇਮੋਸ਼ਨਸ ਨੂੰ ਖੇਲ ਕੇ ਉਹਨਾਂ ਦੇ ਨਾਲ ਇਹ ਠੱਗੀ ਮਾਰੀ ਹੈ। ਮੈਂ ਆਪਣੇ ਮਾਨਯੋਗ CM ਸਾਹਿਬ, ਕੈਪਟਨ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਕਿ ਦੇਖੋ ਤੁਸੀਂ ਇੱਕ ਬੜੇ ਇਮਾਨਦਾਰ CM ਹੋ, ਤੁਸੀਂ ਵੀ ਅੱਗੇ ਆ ਕੇ ਸਰਕਾਰ ਇਹਨੂੰ ਸੋ ਮੋਟੋ ਐਕਸ਼ਨ ਲਵੇ, ਔਰ ਇਹਨਾਂ ਬੰਦਿਆਂ ਨੂੰ ਜਲਦ ਤੋਂ ਜਲਦ ਨਕੇਲ ਪਾ ਕੇ ਲੋਕਾਂ ਦੇ ਪੈਸੇ ਵਾਪਸ ਲਏ। ਦੇਖੋ ਉਹਨਾਂ ਨੇ ਇਨਕੁਆਇਰੀ ਮਾਰ ਕਰ ਦਿੱਤੀ ਹੈ, ਉਹ ਉਹਨਾਂ ਨੇ ਇਨਕੁਆਇਰੀ ਮਾਰ ਕੀਤੀ ਹੈ, ਪੁਲਿਸ ਨੇ ਆਪਣਾ ਜੋ ਕਾਨੂੰਨੀ ਤਰੀਕਾ ਹੈਗਾ ਉਹਨੂੰ ਅਪਣਾਇਆ,
ਉਹ ਉਹਨਾਂ ਦੀ ਇਨਕੁਆਇਰੀ ਸਟਾਰਟ ਹੋ ਗਈ ਹੈ। ਹੁਣ ਉਹਨਾਂ ਨੇ ਕਿਸ ਤਰ੍ਹਾਂ ਐਕਟ ਪੋਨ ਕਰਦਾ ਅਸੀਂ ਡਾਇਰੈਕਟ ਨਹੀਂ ਕਰ ਸਕਦੇ, ਇਹ ਪੁਲਿਸ ਨੇ ਵੇਖਣਾ ਕਿ ਕਿਸ ਤਰ੍ਹਾਂ ਉਹਨਾਂ ਨੇ ਐਕਟ ਪੋਨ ਕਰਨਾ। ਲੇਕਿਨ ਇਸ ਚੀਜ਼ ਨੂੰ ਐਕਸਪੀਡਾਈਟ ਕਰਨ ਲਈ ਯਾਰ ਕੁਰਸੀ ਨਾ, ਇਹ ਤਾਂ ਇੱਕ ਕ੍ਰਿਮੀਨਲ ਪਰਪਜ਼ ਵਾਸਤੇ ਐਫ ਆਈ ਆਰ ਦਾ ਸਾਡਾ ਪਰਪਜ਼ ਹੈ। ਅਸੀਂ ਹਾਈਕੋਰਟ 'ਚ ਰਿਟ ਫਾਈਲ ਕਰਨ ਲੱਗੇ ਹਾਂ ਕਿ ਇਸ ਇਹਨਾਂ ਦੀਆਂ ਪ੍ਰੋਪਰਟੀਆਂ ਦੇ ਉੱਤੇ ਆਰਬੀਟ੍ਰੇਟਰ ਬੈਠੇ ਔਰ ਉਹ ਆਰਬੀਟ੍ਰੇਟਰ ਬਹਿ ਕੇ ਇਹਨਾਂ ਦੀਆਂ ਪ੍ਰੋਪਰਟੀਆਂ ਅਟੈਚ ਕਰੇ, ਇਹਨਾਂ ਦਾ ਬਾਹਰ ਜਾਣ ਤੋਂ ਰੋਕੇ ਔਰ ਉਹ ਪ੍ਰਾਪਰਟੀਆਂ ਮੁੜ ਕੇ ਵੇਚ ਕੇ ਲੋਕਾਂ ਨੂੰ ਪੈਸੇ ਦਵਾਏ। ਪਾਇਲ ਜੀ, ਤੁਹਾਡਾ ਕਿਸ ਤਰ੍ਹਾਂ ਠੱਗੀ ਹੋਈ ਔਰ ਕਿਸ ਤਰ੍ਹਾਂ ਤੁਸੀਂ ਇਹ ਲਾਲਚ ਦੇ ਵਿੱਚ ਫਸੇ ਹੋ? ਕਿੰਨੇ ਪੈਸੇ ਸੀ? 41 ਲੱਖ ਰੁਪਏ। ਤੇ ਹੁਣ ਕੀ ਤੁਹਾਨੂੰ ਉੱਥੇ ਕੀ ਦਫ਼ਤਰ ਖੁੱਲ੍ਹਿਆ ਬੰਦ ਮਿਲਦਾ, ਕੀ ਹੈਗਾ ਕੀ ਬੰਦ? ਮੈਂ ਤੇ 1.5 ਸਾਲ ਹੋ ਗਿਆ ਚੱਕਰ ਲਗਾਉਂਦੇ ਨੂੰ, ਬੰਦ ਹੀ ਮਿਲਦਾ। ਮੈਂ ਅੰਮ੍ਰਿਤਸਰ ਵੀ ਅਤੇ ਹੈਡ ਆਫਿਸ ਵੀ ਇੱਥੇ ਵੀ ਕੁਛ ਰਿਸਪੋਂਸ ਨਹੀਂ, 1.5-3 ਮਹੀਨੇ ਲਗਾ ਕੇ ਤੇ ਬਸ ਚੱਕਰ ਹੀ ਲਗਾ ਰਹੇ। ਤੇ ਤੁਸੀਂ ਹੁਣ ਕੀ ਡਿਮਾਂਡ ਕਰ ਰਹੇ ਹੋ? ਤੁਹਾਨੂੰ ਕੀ ਗਵਰਨਮੈਂਟ ਕੋਲ ਡਿਮਾਂਡ ਕੀ ਜਾਂ ਪੁਲਿਸ ਪ੍ਰਸ਼ਾਸਨ ਕੋਲ ਕੀ ਡਿਮਾਂਡ ਕਰ ਰਹੇ? ਪਹਿਲੇ ਤਾਂ ਸਾਨੂੰ ਕਹਿ ਰਹੇ ਕਿ ਤੁਹਾਨੂੰ ਪ੍ਰੋਪਰਟੀ ਦਿੱਤੀ ਜਾਏਗੀ, ਫਿਲਹਾਲ ਕੋਈ ਗੱਲ ਨਹੀਂ ਹੋ ਰਹੀ। ਹਾਂਜੀ, ਅਤੇ ਕੀ ਹੋਇਆ ਜੀ ਜਿਹੜਾ ਤੁਸੀਂ ਇੱਕ ਕੰਪਨੀ ਦੇ ਖਿਲਾਫ ਜਿਹੜਾ ਤੁਸੀਂ ਮਤਲਬ ਇਹ ਸਾਡੀਆਂ 4 ਐਫ ਜੀਆਂ, ਇੱਕ ਮੇਰੀ ਆ ਅਤੇ 2 ਮੇਰੇ ਘਰ ਦੀ ਵੀ ਆ, ਇੱਕ ਮੇਰੇ ਬੇਟੀ ਦੀ। ਅਤੇ ਕੀ ਨਾਂ ਸੀ ਉਹ ਕੰਪਨੀ ਦਾ? ਕਿਮ ਕੰਪਨੀ। ਅਤੇ ਤੁਹਾਡੇ ਕੋਲ ਡਾਕੂਮੈਂਟ ਵਗੈਰਾ ਹੈਗੇ? ਸਭ ਕੁਛ ਹੈਗਾ, ਸੀਟਾਂ ਤੱਕ ਸਭ ਕੁਛ ਹੈਗਾ। ਕਿੰਨੇ ਕੁ ਪੈਸੇ ਦੇ ਚੁੱਕੇ ਜੇ ਤੁਸੀਂ ਅਜੇ ਤੱਕ ਇਹਨਾਂ ਨੂੰ? ਅਸੀਂ 2 ਲੱਖ ਰੁਪਈਆ ਦੇ ਚੁੱਕੇ। ਕਦੋਂ ਤੋਂ ਬੰਦ ਕੀਤੇ ਪੈਸੇ ਦੇ ਨੇ? ਬੰਦ ਪੈਸੇ ਕੀਤੇ ਆ ਵੀ ਅੱਜ ਹੁਣ ਸਾਨੂੰ ਪਤਾ ਲੱਗਾ ਭੱਜ ਗਈ। ਠੀਕ, ਕਿਸ ਤਰ੍ਹਾਂ ਤੁਸੀਂ ਲਾਲਚ 'ਚ ਕਿਸ ਤਰ੍ਹਾਂ ਆ ਗਏ? ਕਿਉਂਕਿ ਪਹਿਲੀ ਸਾਡੀ ਜਿਹੜੀ ਸੀ ਨਾ, ਥੱਲੇ ਹੋ ਜਾਓ ਯਾਰ, ਥੋੜ੍ਹਾ ਹੋ ਗਿਆ ਐਫ ਟੀ ਕਰਾਈ ਨੂੰ 50,000 ਰੁਪਈਆ ਦਿੱਤਾ ਸੀ, ਜਿਹੜਾ ਇਹ ਕਹਿੰਦੇ ਸੀ ਵੀ 81,000 ਰੁਪਈਆ ਤੁਹਾਨੂੰ ਦਾਂਗੇ, ਉਹ ਸੋਲ ਸਾਹਿਬ ਨੇ ਸਾਡੀ ਕਰਵਾਈ ਸੀ। ਉਹਦੇ ਬਾਅਦ ਫਿਰ 3 ਐਫ ਟੀਆਂ ਫਿਰ ਅਸੀਂ ਹੋਰ ਕਰਵਾਈਆਂ, ਇੱਕ ਮੇਰੇ ਬੇਟੇ ਦੀ ਹੈ, ਇੱਕ ਮੇਰੇ ਘਰ ਦੀ ਹੈ ਅਤੇ 2000।